ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਕਿਉ ਆਰ ਕੋਡ ਆਨ ਮੈਡੀਸਨ ਨਹੀਂ ਵਿਕਣਗੀਆਂ ਨਕਲੀ ਦਵਾਈਆਂ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ ਘਰ ਬੈਠੇ ਕਰੋ ਚੈੱਕ ਕੀ ਤੁਸੀਂ ਕਦੇ ਮਹਿਸੂਸ ਕੀਤਾ ਕਿ ਜੋ ਦਵਾਈ ਤੁਸੀਂ ਲੈ ਰਹੇ ਹੋ ਨਕਲੀ ਹੈ ਹੁਣ ਤੁਹਾਨੂੰ ਅਜਿਹੇ ਡਰ ਤੋਂ ਛੁਟਕਾਰਾ ਮਿਲ ਜਾਵੇਗਾ ਕੇਂਦਰ ਸਰਕਾਰ ਨੇ 300 ਦਵਾਈਆਂ ਤੇ ਕੇਓਰ ਕੋਡ ਲਾਉਣ ਦਾ ਹੁਕਮ ਦਿੱਤਾ ਹੈ ਜੋ ਅੱਜ ਤੋਂ ਲਾਗੂ ਹੋ ਗਿਆ ਜੀ ਭਾਰਤ ਦੇ ਡਰੱਗਜ਼ ਕੰਟਰੋਲ ਜਨਰਲ ਆਫ ਇੰਡੀਆ ਨੇ ਫਾਰਮਾ ਕੰਪਨੀਆਂ ਨੂੰ ਸਖਤ ਹੁਕਮ ਦਿੱਤੇ ਨੇ ਦੇਸ਼ ਦੇ 300 ਚੋਟੀ ਦੇ ਡਰੱਗ ਬ੍ਰਾਂਡਾਂ ਲਈ ਆਪਣੀਆਂ ਦਵਾਈਆਂ ਤੇ ਕਿਓਆਰ ਕੋਡ ਜਾਂ ਬਾਰ ਕੋਡ ਲਾਉਣਾ ਲਾਜ਼ਮੀ ਹੋ ਗਿਆ ਜਿਸ ਨੂੰ ਸਕੈਨ ਕਰਕੇ ਤੁਸੀਂ ਆਪਣੀ ਦਵਾਈ ਬਾਰੇ ਬਹੁਤ ਕੁਝ ਪਤਾ ਕਰ ਸਕਦੇ ਹੋ ਚੋਟੀ ਦੀਆਂ 300 ਦਵਾਈਆਂ ਦੇ ਬ੍ਰਾਂਡ ਨਾਮਾਂ ਵਿੱਚ ਅਲੇਗਰਾ, ਸ਼ੈਲਕਲ, ਕੈਲਪੂਲ, ਡੋਲੋ ਤੇ ਮੈਫਟਲ ਸ਼ਾਮਲ ਹੈ ਭਾਰਤ ਦੇ ਡਰੱਗਜ਼ ਕੰਟਰੋਲ ਜਨਰਲ ਆਫ ਇੰਡੀਆ ਨੇ ਦਵਾਈ ਕੰਪਨੀਆਂ ਨੂੰ ਸਪਸ਼ਟ ਤੌਰ ਤੇ ਕਿਹਾ ਹੈ ਕਿ ਇਹਨਾਂ ਬਾਰ ਕੋਡ ਜਾਂ ਕਿਓਆਰ ਕੋਡਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ਤੇ ਦਵਾਈ ਕੰਪਨੀਆਂ ਨੂੰ ਭਾਰੀ ਜੁਰਮਾਨੇ ਲਈ ਤਿਆਰ ਰਹਿਣਾ ਪਵੇਗਾ ਵੱਡੀ ਖਬਰ ਆ ਜੀ ਵੀਡੀਓ ਇੱਕ ਨਿਕਲ ਕੇ ਸਾਹਮਣੇ ਆ ਰਹੀ ਆ ਜੁਥੇ ਭਗਵੰਤ ਮਾਨ ਤੇ ਸੁਖਵੀਰ ਬਾਦਲ ਇੱਕ ਦੂਜੇ ਦੀਆਂ ਨਿੱਜੀ ਵੀਡੀਓ ਕਰ ਰਹੇ ਨੇ ਜਨਤਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇੱਕ ਦੂਜੇ ਦੀਆਂ ਨਿੱਜੀ ਵੀਡੀਓ ਜਨਤਕ ਕੀਤੀਆਂ ਨੇ ਭਗਵੰਤ ਮਾਨ ਵੱਲੋਂ ਸੁਖਵੀਰ ਬਾਦਲ ਦੀ ਇੱਕ ਪੁਰਾਣੀ ਫੋਟੋ ਸਾਂਝੀ ਕਰਕੇ ਟਿੱਪਣੀ ਕਰਨ ਤੋਂ ਬਾਅਦ ਸੁਖਵੀਰ ਬਾਦਲ ਨੇ ਮਾਨ ਦੀ ਇੱਕ ਨਿੱਜੀ ਵੀਡੀਓ ਸਾਂਝੀ ਕੀਤੀ ਸੁਖਵੀਰ ਬਾਦਲ ਨੇ ਲਿਖਿਆ ਅੱਜ ਕੱਲ ਸਟੇਟ ਇਹਨਾਂ ਦੇ ਹੱਥ ਜੂ ਸਟੇਜ ਤੇ ਸਟੇਟ ਜੂ ਬਹੁਤ ਫਰਕ ਹੁੰਦਾ ਡਰਾਈਵਰ ਹੋਵੇ ਸ਼ਰਾਬੀ दारू ਬਾਜਤਾ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ ਤੇ ਭਗਵੰਤ ਮਾਨ ਨੇ ਸਾਂਝਾ ਕੀਤਾ ਕਿ ਜਨਾਬ ਅੱਜ ਕੱਲ ਸਿੱਖ ਮਸਲਿਆਂ ਦੇ ਮੁੱਦੇ ਹੀ ਬਣੇ ਹੋਏ ਨੇ ਨਹੀਂ ਉਹ ਲੱਭਣੇ ਲਾਲ ਗਵਾਚ ਮਿੱਟੀ ਨਾਲ ਫਰੂਲ ਜੋਗੀਆ ਤਾਂ ਉਹ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਹ ਕੁਝ ਲਿਖਿਆ ਸੀ ਜਿੱਥੇ ਤਸਵੀਰ ਉਹਨਾਂ ਦੀ ਸਾਂਝੀ ਕੀਤੀ ਸੀ। ਅਗਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਿਦੇਸ਼ ਗਏ ਪੰਜਾਬੀ ਨੌਜਵਾਨ ਨੂੰ ਕਿਉਂ ਆ ਰਹੇ ਨੇ ਹਾਰਟ ਅਟੈਕ ਸਿਹਤ ਮਾਰਾ ਨੇ ਕੀਤਾ ਖੁਲਾਸਾ। ਪੰਜਾਬ ਦੀ ਨੌਜਵਾਨ ਰੁਝੇ ਪੜ੍ਹਾਈ ਨੌਜਵਾਨ ਰੁਜ਼ਗਾਰ ਅਤੇ ਪੜ੍ਹਾਈ ਦੀ ਪਾਲ ਵਿੱਚ ਵਿਦੇਸ਼ਾਂ ਚੋਂ ਤੜਾ ਤੜ ਜਾ ਰਹੇ ਨੇ ਮਾਪੇ ਵੀ। ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਹਨਾਂ ਦੀ ਰੀਜ਼ ਪੂਰੀ ਕਰ ਰਹੇ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਤੋਂ ਵਿਦੇਸ਼ ਗਏ ਨੌਜਵਾਨ ਲਗਾਤਾਰ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ ਇੱਕ ਮਹੀਨੇ ਦੀ ਗੱਲ ਕਰੀਏ ਤਾਂ ਕਈ ਮਾਮਲੇ ਹਾਰਟ ਅਟੈਕ ਦੇ ਵੱਧ ਚੁੱਕੇ ਨੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰਿਆਂ ਦੀ ਉਮਰ 1726 ਸਾਲ ਹੈ ਇਸ ਦੇ ਲਈ ਮਾਪੇ ਫਿਕਰਮੰਦ ਨੇ ਤੇ ਸਿਹਤ ਮਾਹਰ ਵੀ ਹੈਰਾਨ ਹਨ ਇਸ ਬਾਰੇ ਸਿਹਤ ਮਾਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਾਰਨ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਆ ਵਿਦੇਸ਼ਾਂ ਦੇ ਮੌਸਮ ਵਿੱਚ ਬਹੁਤ ਅੰਤਰ ਹੈ ਨੌਜਵਾਨ ਭਾਰਤ ਦੇ ਗਰਮ ਮਾਹੌਲ ਵਿੱਚ ਸਾਲਾਂ ਤੋਂ ਰਹਿੰਦੇ ਨੇ ਤੇ ਵਿਦੇਸ਼ ਵਿੱਚ ਮੌਸਮ ਠੰਡਾ ਅਚਾਨਕ ਮੌਸਮ ਦੇ ਬਦਲਾਅ ਕਰਨ ਸਾਲਾਂ ਲੰਝੂ ਤਕਲੀਫ ਹੁੰਦੀ ਹੈ ਜਿਸ ਦਾ ਸਿੱਧਾ ਅਸਰ ਦਿਲ ਅਤੇ ਸਿਹਤ ਤੇ ਪੈਂਦਾ ਹੈ ਪੰਜਾਬ ਹੈ ਭਾਰਤ ਦਾ ਸਭ ਤੋਂ ਛੋਟਾ ਸ਼ਹਿਰ ਪਰ ਰੇਲਵੇ ਲਈ ਬੜਾ ਜ਼ਰੂਰੀ ਤਾਨੂੰ ਭਾਰਤ ਦੀ ਸਾਰੀ ਵਿਭਿੰਨਤਾ ਮਿਲੇਗੀ ਦੇਸ਼ ਤੇ ਸ਼ਾਨਦਾਰ ਇਤਿਹਾਸਕ ਚੀਜ਼ਾਂ ਨਾਲ ਭਰਿਆ ਹੋਇਆ ਇੱਥੋਂ ਦਾ ਹਰ ਸ਼ਹਿਰ ਆਪਣੇ ਆਪ ਵਿੱਚ ਕੋਈ ਨਾ ਕੋਈ ਇਤਿਹਾਸਕ ਮਹੱਤਤਾ ਰੱਖਦਾ ਭਾਰਤ ਕੁਦਰਤੀ ਨਜ਼ਾਰਿਆਂ ਦੇ ਪੱਖੋਂ ਵੀ ਅਮੀਰ ਹੈ ਤੁਹਾਨੂੰ ਹਾਰੇ ਪਰੇ ਬਰਫ਼ ਦੇ ਨਾਲ ਟੱਗੇ ਪਹਾੜ ਦੇਖਣ ਨੂੰ ਮਿਲ ਜਾਣਗੇ ਖੂਬਸੂਰਤ ਬੀਚ ਵੀ ਦੇਖਣ ਨੂੰ ਮਿਲ ਲਗੇ ਵਿਦੇਸ਼ੀ ਵੀ ਭਾਰਤ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਆਉਂਦੇ ਨੇ ਤੇ ਭਾਰਤ ਦੇ 28 ਰਾਜਾਂ ਦੇ ਵੱਖ ਵੱਖ ਸ਼ਹਿਰਾਂ ਦੀ ਵਿਸ਼ੇਸ਼ਤਾ ਹੈ ਜੀ ਭਾਰਤ ਵਿੱਚ ਦਿੱਲੀ, ਮੁੰਬਈ, ਕੋਲਕਾਤਾ ਚ ਨਹੀਂ ਵਰਗੇ ਵੱਡੇ ਮਹਾਨਗਰਾਂ ਨੂੰ ਪੂਰੀ ਦੁਨੀਆ ਵਿੱਚੋਂ ਜਾਣਿਆ ਜਾਂਦਾ ਪਰ ਤੁਸੀਂ ਜਾਣਦੇ ਹੋ ਕਿ ਭਾਰਤ ਦਾ ਸਭ ਤੋਂ ਛੋਟਾ ਸ਼ਹਿਰ ਕਿਹੜਾ ਹੈ ਸੋ ਪੰਜਾਬ ਦਾ ਛੋਟਾ ਰਾਜ ਦਾ ਕਪੂਰਥਲਾ ਜੋ ਆਪਣੀਆਂ ਖੂਬਸੂਰਤ ਇਮਾਰਤਾਂ ਤੇ ਸੜਕਾਂ ਲਈ ਬਹੁਤ ਮਸ਼ਹੂਰ ਹੈ ਜਦੋਂ ਸਾਫ ਸਫਾਈ ਖੂਬਸੂਰਤੀ ਦੇਖ ਕੇ ਇਸ ਨੂੰ ਪੈਰਿਸ ਕਿਹਾ ਜਾਂਦਾ ਸੀ ਸ਼ਹਿਰ ਦਾ ਨਾਮ ਸੰਸਥਾਪਕ ਨਵਾਬ ਕਪੂਰ ਦੇ ਨਾਮ ਤੇ ਕਪੂਰਥਲਾ ਰੱਖਿਆ ਗਿਆ ਸੀ ਇਹ ਸ਼ਹਿਰ ਭਾਰਤੀ ਰੇਲਵੇ ਲਈ ਵੀ ਮਹੱਤਵਪੂਰਨ ਕਿਉਂਕਿ ਭਾਰਤੀ ਰੇਲਵੇ ਦੀ ਇੰਟਰ ਗਰਲ ਇੰਟੈਗਰਲ ਕੋਚ ਫੈਕਟਰੀ ਇੱਥੇ ਸਥਿਤ ਹੈ ਜਾਨੀ ਕਿ ਰੇਲਵੇ ਦੇ ਰੇਲ ਗੱਡੀਆਂ ਦੇ ਡੱਬੇ ਇੱਥੋਂ ਸਪਲਾਈ ਕੀਤੇ ਜਾਂਦੇ ਹਨ ਪੰਜਾਬ ਵਿੱਚ ਇਸ ਤਰੀਕ ਤੋਂ 3 ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਨੇ ਜਾਰੀ ਕੀਤਾ ਜੈਲੋ ਅਲਰਟ ਪੰਜਾਬ ਦੇ ਕਈ ਜ਼ਿਲ੍ਹਿਆਂ 'ਚੋਂ ਮੰਗਲਵਾਰ ਨੂੰ ਮੌਨਸੂਨ ਮਰਿਆ ਸਭ ਤੋਂ ਜ਼ਿਆਦਾ ਮੀਂਹ ਲੁਧਿਆਣਾ ਵਿੱਚ ਪਿਆ ਲੁਧਿਆਣਾ ਖੰਨਾ ਸਮਰਾਲਾ ਕੋਹਾੜਾ ਦੇ ਆਸ-ਪਾਸ ਦੇ ਇਲਾਕਿਆਂ 'ਚ ਦੁਪਹਿਰ 2 ਵਜੇ ਤੋਂ ਬਾਅਦ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ ਤੇ ਸ਼ਾਮ 5 ਵਜੇ ਤੱਕ 64000 64 ਮਿਲੀਲੀਟਰ ਮੀਂਹ ਰਿਕਾਰਡ ਕੀਤਾ ਗਿਆ ਸੋ ਰੂਪੜ ਦੇ ਵਿੱਚ 3 ਮਿਲੀਲੀਟਰ ਪਠਾਨਕੋਟ 'ਚ 0.8 ਬਠਿੰਡਾ 'ਚ 5.4 ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 0.5 ਮਿਲੀਮੀਟਰ ਮੀਂਹ ਦਿੱਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਧੁੱਪ ਨਿਕਲੇਗੀ ਪਰ ਵੀਰਵਾਰ ਤੋਂ ਪੰਜਾਬ ਦੇ ਵਿੱਚ ਮੌਸਮ ਫੇਰ ਬਦਲ ਜਾਵੇਗਾ ਸੜਕਾਂ ਤੇ ਹੋ ਰਹੇ ਹਾਦਸਿਆਂ ਨੂੰ ਲੱਗੇਗੀ ਲਗਾਮ ਸੀਐਮ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਦਿੱਤਾ ਖਾਸ ਤੋਫਾ ਸੁਵੱਡੀ ਖਬਰਾਂ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਦੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਵਿੱਚ ਸੜਕ ਸੁਰੱਖਿਆ ਫੋਰਸ ਲਈ ਪੰਜਾਬ ਨੂੰ ਹਾਈ ਟੈਕ ਨਵੀਆਂ ਗੱਡੀਆਂ ਮੁਹਈਆਂ ਕਰਵਾਈਆਂ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੋਦ ਦੇ ਨਾਵਾਣਾ ਦਾ ਨਰੀਕਣ ਕੀਤਾ ਪੰਜਾਬ ਜੁਰਜਾਨਾ ਉਸਤਨ 14 ਮੌਤਾਂ ਹੋ ਰਹੀਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਪਹਿਲਾਂ ਹੀ ਕਾਫੀ ਭਾਰ ਹੈ ਸੜਕ ਹਾਦਸਿਆਂ ਨਾਲ ਨਾਲ ਜਿੱਠਾਂ ਦੇ ਲਈ ਸੜਕ ਸੁਰੱਖਿਆ ਫੋਰਸ ਦਾ ਗੱਟਾਣਾ ਕੀਤਾ ਗਿਆ ਹੈ ਜਿਸ ਦਾ ਕੰਮ ਪੰਜਾਬ ਦੇ ਵਿੱਚ ਹਾਸਿਆਂ ਨੂੰ ਰੋਕ ਖਾਪਸਿਆਂ ਨੂੰ ਰੋਕਣਾ ਹੈ ਇਹ ਫੋਰਸ ਨੂੰ 129 ਹਾਈ ਟੈਕ ਵਾਹਨ ਮੁਹੱਈਆ ਕਰਵਾਏ ਗਏ ਨੇ ਇੱਕ ਐਂਬੂਲੈਂਸ ਤੇ ਰਿਕਵਰੀ ਵਾਹਨ ਇਹਨਾਂ ਵਾਹਨਾਂ ਦੇ ਨਾਲ ਰਹੇਗੀ ਮੁੱਖ ਮੰਤਰੀ ਨੇ ਕਿਹਾ ਸਾਡਾ ਟੀਚਾ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ ਤੇ ਉਕਤ ਵਾਹਨਾਂ ਦੇ ਲਈ 1500 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਐਨਆਈਏ ਕੋਰਟ ਦਾ ਵੱਡਾ ਫੈਸਲਾ ਕੱਲ੍ਹ ਸਤਾਨੀ ਹਰਮਿੰਦਰ ਸਿੰਘ ਸੰਧੂ ਸਮੇਤ 6 ਗੈਂਗਸਟਰਾਂ ਨੂੰ ਭਗੌੜੇ ਐਲਾਨਿਆ ਕੌਮੀ ਜਾਂਚ ਏਜੰਸੀ ਨੇ ਵਿਦੇਸ਼ ਵਿਸ਼ੇਸ਼ ਅਦਾਲਤ ਦੇ ਵਿੱਚ 6 ਗੈਂਗਸਟਰਾਂ ਨੂੰ ਭਗੌੜੇ ਅਪਰਾਧੀ ਐਲਾਨ ਦਿੱਤਾ ਹੈ ਇਹ ਗੈਂਗਸਟਰ ਕੈਨੇਡਾ ਤੋਂ ਪਾਕਿਸਤਾਨ ਤੋ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਗੈਂਗਸਟਰ ਨੂੰ ਭਗੌੜੇ ਐਲਾਨਿਆ ਕਿ ਉਹਨਾਂ ਦੇ ਵਿੱਚ ਅਰਸ਼ ਢੱਲਾ ਰਮਨ ਜੱਜ ਲਖਬੀਰ ਸੰਧੂ ਉਰਫ ਲੰਡਾ ਹਰੀਕੇ ਸ਼ਾਮਲ ਹੈ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਵਿੱਚ ਰਹਿੰਦੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਸੰਧੂ ਲਖਬੀਰ ਸਿੰਘ ਰੋਡੇ ਤੇ ਵਦਾਵਾ ਸਿੰਘ ਬੱਬਰ ਨੂੰ ਪਗੌੜੇ ਅਪਰਾਧੀ ਐਲਾਨਿਆ ਗਿਆ ਹੈ ਯੂਕੇ ਤੋਂ ਖਬਰਾਂ ਜੀ ਇੰਗਲੈਂਡ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਿਲੀ ਇੰਨੀ ਸਖਤ ਸਜ਼ਾ ਤੁਸੀਂ ਸੋਚ ਵੀ ਨਹੀਂ ਸਕਦੇ ਇੰਗਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੇ ਗੁਆਂਢੀ ਤੇ ਹਮਲਾ ਕਰਨ ਦੇ ਦੋਸ਼ 'ਚ 9 ਸਾਲ ਦੀ ਸਜ਼ਾ ਸੁਣਾਈ ਹੈ ਤੇ 35 ਸਾਲ ਦੋਚੀ ਨੇ ਪਿਛਲੇ ਸਾਲ ਗੁਆਂਢੀ ਤੇ ਲੱਕੜ ਦੀ ਸੋਟੀ ਦੇ ਨਾਲ ਹਮਲਾ ਕਰ ਦਿੱਤਾ ਸੀ ਜਿਸ ਨੂੰ ਗਵਾਂਡੀ ਨੇ ਗੰਭੀਰ ਸੱਟਾਂ ਲਗੀਆਂ ਤੇ ਉਸਦੇ ਚਿਹਰੇ ਤੇ ਵੀ ਫੈਕਚਰ ਆ ਗਏ ਸਨ ਸਮਾਈ ਦੇ ਦੌਰਾਨ ਅਦਾਲਤ ਨੇ ਦੋਸ਼ੀ ਭਾਰਤੀ ਵਿਅਕਤੀ ਨੂੰ ਖਤਰਨਾਕ ਅਪਰਾਧੀ ਮੰਨਿਆ ਦਰ ਅਸਲ ਮਾਮਲਾ ਪਿਛਲੇ ਸਾਲ 25 ਜੂਨ 2022 ਦਾ ਜਦੋਂ ਦੋਸ਼ੀ ਵਿਅਕਤੀ ਰਿਸ਼ੀ ਕੈਮ ਕੈਸੀ ਰਾਮ ਤੇ ਉਸਦੇ ਗਵਾਂਡੀ ਵਿਚਕਾਰ ਇੱਕ ਛੇਮਾ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਸਿੱਧੂ ਮੂਸੇਵਾਲੇ ਦੇ ਪਿੰਡ ਤੋਂ ਲਗਾਤਾਰ ਵਾਪਰ ਰਹੀਆਂ ਨੇ ਮਾਰੀਆਂ ਘਟਨਾ ਸਭ ਵੱਡੀ ਖਬਰ ਮਾਨਸਾ ਦੇ ਪਿੰਡ ਮੂਸਾ ਦੇ ਵਿੱਚ ਬੀਤੇ ਦਿਨ ਮੀਂਹ ਦੇ ਨਾਲ ਛਾਤੜੀ ਗੰਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਇੱਕ ਮਜ਼ਦੂਰ ਦੀ ਸੱਪ ਦੇ ਡੰਗ ਨਾਲ ਮੌਤ ਹੋ ਗਈ ਹੈ ਜੀ ਪੂਲਾ ਸਿੰਘ ਪਿੰਡ ਮੂਸਾ ਦੇ ਕਿਸਾਨ ਕਾਲਾ ਸਿੰਘ ਦੇ ਖੇਤੂਸ਼ ਕੰਮ ਕਰਦਾ ਜਿੱਥੇ ਉਸ ਨੂੰ ਸੱਪ ਨੇ ਡੰਗ ਲਿਆ ਜਿਸ ਤੋਂ ਬਾਅਦ ਸਿਵਲ ਹਸਪਤਾਲ ਮਾਨਸਾਲ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਪੰਜਾਬ ਦੇ ਕਈ ਸਕੂਲਾਂ ਚ 5 ਅਗਸਤ ਤੱਕ ਦੀਆਂ ਛੁੱਟੀਆਂ ਸੋ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਪੰਜਾਬ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਸ਼ ਟੀਮਾਨ ਨੇ ਵਿਸ਼ੇਸ਼ ਅਧਾਰਾਂ ਦੀ ਵਰਤੋਂ ਕਰਦੇ ਹੋਏ ਪ੍ਰਾਇਮਰੀ ਸਕੂਲ ਧੀਰਾਕਾਰਾ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲਾ ਲਵੇਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਤੇ ਸੀਨੀਅਰ ਸੈਕੰਡਰੀ ਸਕੂਲ ਧੀਰਾਕਾਰਾ ਵਿੱਚ 5 ਅਗਸਤ ਤੱਕ ਛੁੱਟੀਆਂ ਕਰ ਦਿੱਤੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਪ੍ਰਤੀ ਬੇਨਤੀ ਅਨੁਸਾਰ ਲਗਾਤਾਰ بارشوں ਨਾਲ ਫਿਰੋਜ਼ਪੁਰ ਦੇ ਕੁਝ ਪਿੰਡ ਹੜ੍ਹ ਪ੍ਰਭਾਵਿਤ ਹੋ ਚੁੱਕੇ ਹਨ ਜਿਸ ਕਾਰਨ ਸਕੂਲ ਪਹੁੰਚਣ ਵਾਲੇ ਰਸਤੇ ਦੇ ਵਿੱਚ ਪਾਣੀ ਭਰ ਗਿਆ ਹੈ। ਚਾਰਜਲਿਆਂ ਚ ਛੁੱਟੀ ਦੇ ਹੁਕਮ ਇਸ ਸੂਬੇ ਦੇ ਵਿਗੜੇ ਹਾਲਾਤ ਇੰਟਰਨੈਟ ਬੰਦ ਸੋ ਹਰਿਆਣਾ ਨੂੰ ਮੇਵਾਤ ਹਰਿਆਣਾ ਜ਼ਿਲ੍ਹਾ ਮੇਵਾਤ ਦੇ ਨੂਹ ਚ ਪੜਕੀ ਫਿਰਕੂ ਹਿੰਜ਼ਾ ਦੀ ਅੱਗ ਸੂਬੇ ਦੇ ਦੂਜੇ ਸ਼ਿੱਸਿਆਂ ਚ ਵੀ ਫੈਲ ਗਈ ਆ। ਨੂਹ ਤੋਂ ਬਾਅਦ ਫਰੀਦাবাদ ਚ 2 ਅਗਸਤ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਨੂਹੂ ਗੁਰੂਗ੍ਰਾਮ ਫਰੀਦাবাদ। ਪਲਵਲ ਚ ਮੰਗਲਵਾਰ 1 ਅਗਸਤ ਨੂੰ ਸਾਰੇ ਸਕੂਲ ਕਾਲਜ ਬੰਦ ਰਹੇ ਤੇ ਹੁਣ ਦੋਨੋਂ ਵੀ ਬੰਦ ਰਹਿਣਗੇ ਨੂਹ ਅਤੇ ਗੁਰੂਗ੍ਰਾਮ ਚ ਤਾਰਾ 144 ਲਾ ਦਿੱਤੀ ਗਈ ਹੈ ਜੀ ਦੋ ਹੋਮਗਾਰਡਾਂ ਦੀ ਮੌਤ ਹੋ ਗਈ ਡੀਐਸਪੀ ਸਮੇਤ 10 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਹਰਿਆਣਾ ਦੇ ਮੇਵਾਤ ਚ ਭਗਵਾ ਯਾਤਰਾ ਦੌਰਾਨ ਸਾੜ ਖੂਕ ਅਤੇ ਪਥਰਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਰਾ 144 ਲਾਗੂ ਕਰ ਦਿੱਤੀ ਜ਼ਿਲ੍ਹੇ ਦੇ ਵਿੱਚ ਇੰਟਰਨੈਟ ਸੇਵਾਵਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਕਈ ਹਿੰਸਕ ਝੜਪਾਂ ਤੇ ਕਈ ਬਾਨਾਂ ਨੂੰ ਅੱਗ ਲਾ ਦਿੱਤੀ ਗਈ। ਪੂਰੇ ਜ਼ਿਲ੍ਹੇ ਦੇ ਵਿੱਚ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ। ਡਾਕਟਰ ਬਲਜੀਤ ਕੌਰ ਵੱਲੋਂ ਆਂਗਣਵਾੜੀ ਵਰਕਰਾਂ ਦੇ ਰਾਜਨੀਤਿਕ ਪਾਰਟੀ ਚੂ ਸ਼ਾਮਲ ਹੋਣ ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਂਗਣਵਾੜੀ ਵਰਕਰ ਵੱਲੋਂ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਦਾ ਵੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੂੰ ਕਾਰਵਾਈ ਕਰਨ ਲਈ ਸਖਤ ਹਦਾਇਤ ਕੀਤੀ ਹੈ ਜਾਣਕਾਰੀ ਦਿੰਦਿਆਂ ਸਮਾਜਿਕ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਚਤਨਾਇਤ ਆਂਗਣਵਾੜੀ ਵਰਕਰ ਹਰगोਬਿੰਦ ਨੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਾਮਲਾ ਧਿਆਨ ਵਿੱਚ ਆਇਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਮਾਣ ਪਾਤ ਲੈਣ ਵਾਲੇ ਵਿਅਕਤੀ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣਾ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ। ਮਰਹੂਮ ਮਸ਼ਿੰਦੇ ਦੇ ਘਰ ਪਹੁੰਚੇ ਸੀਐਮ ਮਾਨ ਨੇ ਪ੍ਰਗਟਾਇਆ ਦੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਰਹੂਮ ਪੰਜਾਬੀ ਲੋਕਾਇਕ ਸੁਰਿੰਦਰ ਸ਼ਿੰਦੇ ਦੇ ਘਰ ਪਹੁੰਚਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਿੰਦੇ ਦੀ ਮੌਤ ਨਾਲ ਪਰਿਵਾਰ ਸਮੇਤ ਪੰਜਾਬ ਦੇ ਸੰਗੀਤ ਜੱਤਕਤ ਨੂੰ ਵੱਡਾ ਕਟਾ ਪਿਆ ਹੈ ਜੀ ਸਰਕਾਰ ਮਰਹੂਮ ਗਾਇਕ ਸ਼ਿੰਦਾ ਜਿਹੜਾ ਕਿ ਬੜੇ ਮਲਾਕੜੇ ਸੁਭਾਅ ਦਾ ਸੀ ਇਸ ਤੋਂ ਇਲਾਵਾ ਪੰਜਾਬ ਅਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਅਗਣ ਗਿਣਤ ਚਾਉਣ ਵਾਲੇ ਹਨ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਤਰਮਿੰਦਰ ਦੇ ਪਰਾ ਵਰਿੰਦਰ ਸਿੰਘ ਨੂੰ ਮਾਰੀ ਗਈ ਦਿਨ ਦਿਹਾੜੇ ਗੋਲੀ ਅਜੇ ਤੱਕ ਨਹੀਂ ਮਿਲਿਆ ਕਾਤਲ ਬਾਲੀਵੁੱਡ ਅਭਿਨੇਤਾ ਤਰਮਿੰਦਰ ਹਿੰਦੀ ਸਿਨੇਮੇ ਦੇ ਸਟਾਰੇ ਹਨ ਤੇ ਹਿੰਦੀ ਸਿਨੇਮੇ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਹਨ ਅਤੇ 87 ਸਾਲ ਦੀ ਉਮਰ ਦੇ ਵਿੱਚ ਵੀ ਇਹ ਅਦਾਕਾਰ ਬਾਲੀਵੁੱਡ ਵਿੱਚ ਐਕਟਿਵ ਹੈ ਤੇ ਹਾਲੀ ਦੇ ਵਿੱਚ ਰਿਲੀਜ਼ ਹੋਈ ਫਿਲਮ ਰੋਕੀ ਦੀ ਰਾਣੀ ਦੀ ਪ੍ਰੇਮ ਕਹਾਣੀ ਦੇ ਵਿੱਚ ਨਜ਼ਰ ਆਏ ਹਨ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਤਰਮਿੰਦਰ ਦੇ ਪਰਾ ਬਰਿੰਦਰ ਸਿੰਘ ਦਿਓਲ ਵੀ ਆਪਣੇ ਸਮੇਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰ ਸਨ ਤੇ ਲਗਭਗ ਤਰਮਿੰਦਰ ਵਰਗੇ ਹੀ ਲੱਗਦੇ ਸਨ 35 ਸਾਲ ਪਹਿਲਾਂ ਤਰਮਿੰਦਰ ਦੇ ਪਰਾ ਬਰਿੰਦਰ ਦੀ 40 ਸਾਲ ਦੀ ਉਮਰ ਵਿੱਚ ਸੈਟ ਤੇ ਹੀ ਦਿਨ ਦਿਹਾੜੇ ਹਟਿਆਕ ਕਰ ਦਿੱਤੀ ਗਈ ਸੀ ਤਰਮਿੰਦਰ ਵਾਂਗ ਹੀ ਸਨ ਤੇ ਪੰਜਾਬੀ ਸਿਨੇਮਾ ਦਾ ਤਰਮਿੰਦਰ ਕਿਹਾ ਜਾਂਦਾ ਸੀ ਬਰਿੰਦਰ ਨਾਂ ਦਾ ਸਿਰਫ ਮਹਾਨ ਅਭਨੇਤਾ ਸੰਨ ਸਗੋ ਫਿਲਮ ਨਿਰਮਾਤਾ ਵੀ ਸਨ ਜਿਨ੍ਹਾਂ ਨੇ 25 ਫਿਲਮਾਂ ਬਣਾਈਆਂ ਤੇ ਬਹੁਤ ਹੀ ਸੁਪਰ ਡੂਪਰ ਹਿੱਟ ਹੋਈਆਂ ਡਿਪੂ ਹੋਲਡਰ ਤੇ ਪੰਜਾਬ ਸਰਕਾਰ ਹੋਏ ਆਮੋ ਸਾਹਮਣੇ ਸੂਬੇ ਦੇ 26000 ਡਿਪੂ ਹੋਲਡਰਾਂ ਨੂੰ ਲੱਗ ਸਕਦਾ ਵੱਡਾ ਝਟਕਾ 26000 ਡਿਪੂ ਹੋਲਡਰ ਬੰਦ ਹੋਣ ਦੀ ਲਟਕੀ ਦਿਨ ਦਿਹਾੜੇ ਤਲਵਾਰ ਸੋ ਅਪਡੇਟ ਆ ਗਈ ਆ ਬਾਹਰ ਸੋ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਜੀ ਤਹਾਨੂੰ ਦੱਸ ਦਈਏ ਪੰਜਾਬ ਸਰਕਾਰ ਨੇ 500 ਨਵੇਂ ਡੀਪੂ ਖੋਲਣ ਦੀ ਜਿਹੜੀ ਗੱਲ ਕੀਤੀ ਆ ਉਹ ਵੀ ਸਹੀ ਨਹੀਂ ਇਹ ਕਿਹਾਣਾ ਹੈ ਜੀ ਪੰਜਾਬ ਦੀ ਡੀਪੂ ਐਸੋਸੀਏਸ਼ਨ ਦੇ ਵੱਲੋਂ ਪਰ ਅਦਾਲਤ ਨੇ ਇਸ ਤੇ ਰੋਕ ਲਾ ਦਿੱਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਦਿੱਲੀ ਵਾਲੀ ਸਰਕਾਰ ਦੇ ਵੱਲੋਂ ਇਹ ਸਕੀਮ ਸ਼ੁਰੂ ਕੀਤੀ ਗਈ ਪਰ ਅਦਾਲਤ ਵੱਲੋਂ ਇਸ ਤੇ ਰੋਕ ਲਾ ਦਿੱਤੀ ਗਈ ਇਹ ਮਾਡਲ ਪਹਿਲਾਂ ਹੀ ਫੇਲ ਹੋ ਚੁੱਕਾ ਹੈ ਡੀਪੂ ਹੋਲਡਰ ਪੰਜਾਬ ਸਰਕਾਰ ਆਮੋ ਸਾਹਮਣੇ ਨੇ 26000 ਡੀਪੂ ਹੋਲਡਰਾਂ ਤੇ ਬੰਦ ਹੋਣ ਦੀ ਤਲਵਾਰ ਲਟਕੀ ਹੋਈ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਘਰ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਲਿਆਂਦੀ ਗਈ ਸੀ। ਇਸ ਦੇ ਖਿਲਾਫ ਪੰਜਾਬ ਦੇ ਡੀਪੂ ਹੋਲਡਰ ਹਾਈ ਕੋਰਟ ਵਿੱਚ ਗਏ ਸਨ ਜਿੱਥੇ ਹਾਈ ਕੋਰਟ ਨੇ ਸਕੀਮ ਤੇ ਰੋਕ ਲਾ ਦਿੱਤੀ ਸੀ। ਪੰਜਾਬ ਕੈਬਨਿਟ ਨੇ ਬੀਤੇ ਦਿਨ ਮੋੜ ਤੋਂ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਦਾ ਮਤਾ ਪਾਸ ਕੀਤਾ। ਹਾਲੇ ਨੋਟੀਫਿਕੇਸ਼ਨ ਜਾਰੀ ਹੋਣਾ ਪਰ ਉਸ ਤੋਂ ਪਹਿਲਾਂ ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਆਟਾ ਹੋ ਸਕਦਾ ਹੈ ਖਰਾਬ ਨਿੱਜੀ ਲੋਕਾਂ ਦੀ ਦਖਲਅੰਦਾਜ਼ੀ ਹੋ ਜਾਵੇਗੀ ਪਹਿਲਾਂ ਵੀ ਇਸ ਤੇ ਰੋਕ ਲੱਗੀ ਸੀ 26000 ਦੀਪੂ ਹੋਲਡਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਉਹਨਾਂ ਨੇ ਕਿਹਾ ਜੀ ਕੇਂਦਰ ਸਰਕਾਰ ਵੱਲੋਂ ਸਖਤ ਸਸਤੀ ਕਣਕ ਲੋਕਾਂ ਨੂੰ ਦਿੱਤੀ ਜਾਂਦੀ ਉਹਨਾਂ ਨੇ ਕਿਹਾ ਜੇਕਰ ਆਟਾ ਪੀਸ ਕੇ ਲੋਕਾਂ ਤੱਕ ਪਹੁੰਚਾਇਆ ਤਾਂ ਖਰਾਬ ਹੋ ਸਕਦਾ ਹੈ ਪੰਜਾਬ ਸਰਕਾਰ ਨੇ ਪਟਵਾਰੀਆਂ ਦੇ ਕਾਰਜਕਾਲ ਸਬੰਧੀ ਨਵਾਂ ਨੋਟੀਫਿਕੇਸ਼ਨ ਕੀਤਾ ਜਾਰੀ ਪੰਜਾਬ ਦੇ ਪਟਵਾਰੀ ਦੇਸ਼ਪੜਰ ਚ ਅਜਿਹੇ ਅਧਿਕਾਰੀ ਹੋਣਗੇ ਜੋ 65 ਸਾਲ ਦੀ ਉਮਰ ਤੋਂ ਬਾਅਦ ਵੀ ਸੇਵਾ ਨਿਭਾ ਸਕਦੇ ਹਨ ਹੁਣ ਅਜਿਹੀ ਕਿਸਮਤ ਸਿਰਫ ਸੁਪਰੀਮ ਕੋਰਟ ਦੇ ਜੱਜਾਂ ਦੀ ਹੀ ਸੀ ਜਿਨ੍ਹਾਂ ਦੀ ਸੇਵਾ ਮੁਕਤੀ ਉਮਰ 65 ਸਾਲ ਸੀ ਪੰਜਾਬ ਸਰਕਾਰ ਨੇ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਠੇਕੇ ਤੇ ਕੰਮ ਕਰ ਰਹੇ ਪਟਵਾਰੀ ਅਤੇ ਕਾਨੂੰਗੋਦੀਆਂ ਸੇਵਾਵਾਂ 31 ਜਨਵਰੀ 2024 ਤੱਕ ਵਧਾ ਦਿੱਤੀਆਂ ਨੇ ਏਓ ਪਟਵਾਰੀ ਨੇ ਜਿਹੜੇ ਕਾਨੂੰ ਕੋ ਤੇ ਜਿਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਇੱਕ ਵਾਰ ਫਿਰ ਸੇਵਾ ਕਾਲ ਵਿੱਚ ਲੈ ਆਂਦਾ ਗਿਆ ਹੈ ਆਇਰਲੈਂਡ ਦੌਰੇ ਲਈ ਬੇਹੱਦ ਕਮਜ਼ੋਰ ਟੀਮ ਦਾ ਐਲਾਨ ਜੀ 3-0 ਨਾਲ ਹਾਰ ਸਕਦਾ ਭਾਰਤ ਆਇਰਲੈਂਡ ਦੇ ਵਿਰੁੱਧ 18 ਤੋਂ 23 ਅਗਸਤ ਤੱਕ ਖੇਡੀ ਜਾਣ ਵਾਲੀ ਤਿੰਨ ਦਿਨਾਂ ਤਿੰਨ ਮੈਚਾਂ ਦੀ T20 ਸੀਰੀਜ਼ ਲਈ 15 ਮੈਂਬਰੀ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ ਮੁੱਖ ਚੋਣਕਾਰ ਜੀਤ ਗਰਕਰ ਤੇ ਹਾਰਦਿਕ ਪੰਡਾ ਇਸ਼ਾਨ ਕਿਸ਼ਨ ਸ਼ੁਭਮਨ ਗੇਲਤ ਸੂਰਿਆ ਕੁਮਾਰ ਯਾਦਵ ਨੂੰ ਪਾਸੇ ਕਰ ਦਿੱਤਾ ਤੇ ਇੱਕ ਵਾਰ ਫਿਰ ਨੌਜਵਾਨ ਖਿਡਾਰੀਆਂ ਤੇ ਭਰੋਸਾ ਜਤਾਇਆ ਗਿਆ ਜਸਪ੍ਰੀਤ ਬੂਮਰਾਹ ਨੂੰ ਇਸ ਨਵੀਂ ਟੀਮ ਦਾ ਕਪਤਾਨ ਬਣਾਇਆ ਗਿਆ ਤੇ ਸੰਜੂ ਸੈਮਸਨਨ ਅਤੇ ਕੁਝ ਹੱਦ ਤੱਕ ਰਿਤੂ ਰਾਜ ਗਾਇਕਵੜ ਨੂੰ ਛੱਡ ਕੇ ਪੂਰੀ ਟੀਮ ਅਨੁਭਵਹੀਨ ਟੀਮ ਨੂੰ ਦੇਖ ਕੇ ਲੱਗਦਾ ਕਿ ਟੀਮ ਦਾ ਐਲਾਨ ਕਰਦੇ ਸਮੇਂ ਨਵੇਂ ਚੋਣਕਾਰਾਂ ਨੇ ਆਇਰਲੈਂਡ ਨੂੰ ਇੰਨਾ ਕਮਜ਼ੋਰ ਸਮਝਿਆ ਇਸ ਤੌਰੇ ਲਈ 15 ਮੈਂਬੀ ਟੀਮ ਇੰਨੀ ਟੀਮ ਕਮਜ਼ੋਰ ਦਾ ਐਲਾਨ ਕੀਤਾ ਕਿ ਭਾਰਤ 3-0 ਨਾਲ ਹੀ ਸੀਰੀਜ਼ ਹਾਰ ਸਕਦਾ ਹੈ ਰਾਜਪਾਲ ਨੇ ਭਵਾਨੀਗੜ੍ਹ ਦੇ ਕਾਉਂਸਲ ਪ੍ਰਧਾਨ ਨੂੰ ਅਹੁਦੇ ਤੋਂ ਕੀਤਾ ਲਾਂਬੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਫੋਜਤ ਨੇ ਪੰਜਾਬ ਮਿਊਸਪਲ ਐਕਟ 1911 ਦੀ ਧਾਰਾ 22 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਨਗਰ ਕਾਉਂਸਲ ਭਗਵਾਨੀਗੜ੍ਹ ਦੇ ਮੌਜੂਦਾ ਪ੍ਰਧਾਨ ਸੁਖਜੀਤ ਕੌਰ ਨੂੰ ਅਹੁਦੇ ਤੋਂ ਹਟਾਉਣ ਦਾ ਸਖਤ ਹੁਕਮ ਜਾਰੀ ਕੀਤਾ ਹੈ ਕਾਂਗਰਸ ਪਾਰਟੀ ਨਾਲ ਸੰਬੰਧਤ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਦੇ ਨੇੜਲੇ ਸੁਖਜੀਤ ਕੌਰ ਨੂੰ ਆਪਣੇ ਅਹੁਦੇ ਤੋਂ ਕਥਿਤ ਦਰਵਰਤوں ਤੇ ਨਗਰ ਕੌਂਸਲ ਪਵਾਨੀਕੜ ਨੂੰ ਵਿਤੀ ਨੁਕਸਾਨ ਪਹੁੰਚਾਉਣ ਲਈ ਗੈਰ ਜ਼ਿੰਮੇਵਾਰੀ ਨਾਲ ਡਿਊਟੀ ਕਰਦੇ ਹੋਏ ਕਥਿਤ ਨਿਯਮਾਂ ਦੇ ਉਲੰਘਣਾ ਕਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਹੱਥ ਤੋਣੇ ਪੈ ਰਹੇ ਹਨ ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਵੀਰ ਸਿੰਘ ਬਾੜ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਤਰਨਤਾਰਨ ਦੇ ਮਾਸਟਰ ਕਲੋਨੀ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਕਾਰ ਚ ਮੌਜੂਦ ਜੋੜੇ ਪਾਸੋਂ 5 ਘੰਟੇ ਪੁੱਜ ਕੇ ਕੀਤੀ ਗਈ ਛਾਪੇਮਾਰੀ ਚੋਸਕਰਚ 2 ਸਾਲ ਪਹਿਲਾਂ ਗਾਇਕ ਸੋਨੀ ਮਾਨ ਜੋ ਕਾਰ ਦੇ ਮਾਲਕ ਕੰਨ ਕਮਰ ਰਣਵੀਰ ਸਿੰਘ ਬਾੜ ਦੀ ਦੋਸਤ ਹੈ ਉਸ ਉੱਪਰ ਕੁਝ ਵਿਅਕਤੀਆਂ ਨੇ ਗੋਲੀਆਂ ਚਲਾ ਕੇ ਹਮਲਾ ਕੀਤਾ ਸੀ ਐਨਆਈ ਦੀ ਇੱਕ ਵਿਸ਼ੇਸ਼ ਟੀਮ ਜਾਣਕਾਰੀ ਦੇ ਅਨੁਸਾਰ ਸੀਆਈਏ ਸਟਾਫ ਦੀ ਪੁਲਿਸ ਸਮੇਤ ਸਥਾਨਕ ਮਾਸਟਰ ਕਲੋਨੀ ਚ ਮੌਜੂਦ ਲਖਵੀਰ ਸਿੰਘ ਬਾੜ ਦੇ ਘਰ ਪੁੱਜੀ 62 30 ਸਾਲਾਂ ਤੋਂ ਇਸ ਕਲੋਨੀ ਚ ਰਹਿ ਰਹੇ ਹਨ ਤੇ 6 ਵਜੇ ਅਚਾਨਕ ਛਾਪੇਮਾਰੀ ਕੀਤੀ ਗਈ ਇੱਕ ਬੇਟਾ ਕਮਰ ਰਣਵੀਰ ਬਾੜ ਜੋਗੀ ਗੀਤ ਤਿਆਰ ਕਰਨ ਲਈ ਸਟੂਡੀਓ ਚ ਲਾਉਂਦਾ ਹੈ ਜਿਸ ਦੀ ਦੋ ਗਾਇਕ ਦੋਸਤ ਸੂਨੀ ਮਾਨ ਵੀ ਹੈ 2 ਸਾਲ ਪਹਿਲਾਂ ਗਾਇਕ ਸੂਨੀ ਮਾਨ ਇੱਥੇ ਬੈਠੀ ਹੋਈ ਸੀ ਤਾਂ ਕੁਝ ਵਿਅਕਤੀਆਂ ਨੇ ਸ਼ਰਿਆਮ ਕੂਲੀ ਚਲਾ ਦਿੱਤੀ ਸੀ ਐਨਆਈਏ ਦੇ ਇੱਕੋ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚੋਂ ਮਾਰੀ ਰੇਡ ਖਾਲਸਤਾਨੀ ਤੇ ਗੈਂਗਸਟਰਾਂ ਦੇ ਗੱਠ ਜੋੜ ਦੀ ਜਾਂਚ ਪੰਜਾਬ ਚ ਕੌਮੀ ਜਾਂਚ ਏਜੰਸੀ ਨੇ ਕਈ ਥਾਵਾਂ ਤੇ ਛਾਪੇ ਮਾਰੇ। ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ਤੇ ਕਈ ਕਿਸਾਨ ਲੀਡਰ ਨੇ ਐਨਆਈਏ ਦੇ ਮੋਗਾ ਦੀਨ ਪੈਂਦੇ ਤੂਰਕੂੜ ਨਿਹਾਲ ਸਿੰਘ ਬਰਨਾਲਾ ਦੇ ਪਿੰਡ ਪੰਦੇਰ ਜ਼ਿਲ੍ਹਾ ਜਲੰਧਰ ਦੀਨ ਪੈਂਦੇ ਪਿੰਡ ਕਿਸ਼ਨਗੜ੍ਹ ਤੇ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਸਰਾਵਾ ਬੂਤਲਾ ਤੇ ਗੁਰਾਇਆਂ ਦੇ ਵਿੱਚ ਰੇਡ ਕੀਤੀ। ਜਾਦਤਰ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਰੇਡ ਕੀਤੀ ਪਰ ਇਹ ਕਾਰਵਾਈ ਦੇ ਤਾਰਵ ਵਿਦੇਸ਼ਾਂ ਦੇ ਨਾਲ ਜੁੜੇ ਦੱਸੇ ਜਾ ਰਹੇ ਹਨ ਮਨਪ੍ਰੀਤ ਬਾਦਲ ਤੋਂ ਜਵਾਬ ਲੈਣ ਤੋਂ ਬਾਅਦ ਸੀਐਮ ਮਾਨ ਨੇ ਸੁਖਬੀਰ ਬਾਦਲ ਤੇ ਵੱਲ ਛੱਡਿਆ ਸੋਸ਼ਲ ਮੀਡੀਆ ਦਾ ਤੀਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਜਿਸ ਦੇ ਵਿੱਚ ਉਹ ਹੋਲੀ ਖੇਡ ਰਹੇ ਹਨ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕਸਦਿਆਂ ਕਿ ਜਨਾਬ ਅੱਜਕੱਲ ਸਿੱਖ ਮੁੱਦਿਆਂ ਤੇ ਮੁੱਦਾ ਹੀ ਬਣੇ ਹੋਏ ਹਨ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਬਾਦਲ ਉੱਤੇ ਤੰਜ ਕਸਦਿਆਂ ਉਹਨਾਂ ਨੇ ਪੋਸਟ ਵੀ ਸ਼ੇਅਰ ਕੀਤੀ ਜਿਸ ਨੇ ਸਿਆਸੀ ਗਲਿਆਰਾਂ ਦੇ ਵਿੱਚ ਪੰਬੜ ਮਚਾ ਦਿੱਤਾ ਐਲਪੀਜੀ ਸਿਲੰਡਰ ਤੋਂ ਲੈ ਕੇ ਆਈਟੀਆਰ ਤੇ ਲੇਟ ਫੀਸ ਤੱਕ ਅੱਜ ਤੋਂ ਹੋਏ ਇਹ ਪੰਜ ਵੱਡੇ ਬਦਲਾਅ 1 ਅਗਸਤ ਦੇ ਨਾਲ ਕਈ ਬਦਲਾਅ ਲਾਗੂ ਹੋ ਗਏ ਨੇ ਜੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ ਇਹਨਾਂ ਦਾ ਅਸਰ आम आदमी पार्टी ਤੋਂ ਲੈ ਕੇ ਖਾਸ ਤੱਕ ਪਵੇਗੇ ਇਹਨਾਂ ਬਦਲਾਵਾਂ ਦਾ ਸਸਤਾ ਵਪਾਰਕ LPG ਦੇ ਸਿਲੰਡਰ ITR ਦੇ ਜੁਰਮਾਨਾ ਕ੍ਰੈਡਿਟ ਕਾਰਡ ਨਿਯਮਾ ਆਦਿ ਸ਼ਾਮਲ ਹਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ ਦੀ ਬਰਦੀ ਦੇ ਉੱਪਰ ਹੋਇਆ ਵੱਡਾ ਬਦਲਾ ਭਾਰਤੀ ਫੌਜ ਦੇ ਮੂਲ ਗੈਡਰ ਦੇ ਸ਼ੁਰੂਆਤੀ ਨਿਯੁਕਤੀਆਂ ਦੇ ਬਾਵਜੂਦ ਬਰਗੇਡੀਅਰ ਅਤੇ ਇਸ ਦੇ ਉੱਪਰ ਦੇ ਰੈਂਕ ਦੇ ਸੀਨੀਅਰ ਅਫਸਰਾਂ ਨੂੰ ਕੁਝ ਨਵਾਂ ਸਾਂਝਾ ਯੂਨੀਫਾਰਮ ਰੈਗੂਲੇਸ਼ਨ ਲਾਗੂ ਕੀਤਾ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਆਟਾ ਦਾਲ ਸਕੀਮ ਨੂੰ ਲੈ ਕੇ ਮੰਗਿਆ ਜਵਾਬ। ਉਹਨਾਂ ਨੇ ਕਿਹਾ ਜੀ ਮੈਂ ਪਿਛਲੇ ਸਾਲ ਸਤੰਬਰ ਤੋਂ ਜਵਾਬ ਮੰਗਿਆ ਸੀ ਪਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦੀਆਂ ਚਰਚਾਵਾਂ ਤੇ ਪੜਕੇ ਰਾਜਾ ਬੜਿੰਕਿਆਂ ਸਾਡਾ ਕੋਈ ਨੇਤਾ ਆਪ ਨੂੰ ਮੰਤਰੀ ਬਣਿਆ ਤਾਂ ਮੈਂ ਰਾਜਨੀਤੀ ਹੀ ਛੱਡ ਦਿਆਂਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਵਾਰ ਫੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਸਾਰੀਆਂ ਪਾਰਟੀਆਂ ਇਕੱਟੀਆਂ ਹਨ ਪਰ ਸੂਬਿਆਂ ਨਾਲ ਲਈ ਕੋਈ ਸਮਝੌਤਾ ਜਾਂ ਗੱਠ ਜੁੜ ਨਹੀਂ। ਮੀਟਿੰਗ 'ਚ ਤੈਅ ਹੋਇਆ ਤਿੰਨ ਮਹੀਨਿਆਂ 'ਚ ਬੂਥ ਲੈਵਲ ਤੱਕ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਤਰ੍ਹਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਕਿ ਸੂਬੇ 'ਚ ਕਾਂਗਰਸ ਇਕੱਲੀਆਂ ਚੋਣਾਂ ਲੜੇਗੀ ਕਿਸੇ ਨਾਲ ਵੀ ਸੀਟਾਂ ਦਾ ਕੋਈ ਸਮਝੌਤਾ ਨਹੀਂ ਹੈ। ਸਟੂਆਰਟ ਬ੍ਰਾਂਡ ਨੇ ਬਣਾਇਆ ਨਵਾਂ ਰਿਕਾਰਡ ਆਖਰੀ ਗੇਂਦ ਉੱਤੇ ਸ਼ੱਕਾ ਮਾਰਨ ਤੋਂ ਇਲਾਵਾ ਆਖਰੀ ਗੇਂਦ ਤੇ ਲਈ ਵਿਕਟ ਕਟਿਆ ਪੱਧਰ ਤੇ ਉੱਤਰ ਕੀ ਪੰਜਾਬ ਦੀ ਰਾਜਨੀਤੀ ਇਹ ਲੋਕਾਂ ਤੋਂ ਇਹਨਾਂ ਲੋਕ ਇਹਨਾਂ ਤੋਂ ਉਮੀਦਾਂ ਰੱਖਣ ਜੋ ਤੁਸੀਂ ਖੁਦ ਸੋਚ ਸਕਦੇ ਹੋ ਨਰਿੰਦਰ ਗੌਰ ਪ੍ਰਾਜ ਨੇ ਹਲਕਾ ਸੰਗਰੂਰ ਦੇ ਰੈਗੂਲਰ ਹੋਏ ਅਧਿਆਪਕਾਂ ਨੂੰ ਦਿੱਤੀ ਮੁਬਾਰਕ ਬਾਦ 2000 ਰੁਪਏ ਦੇ 88% ਦੀ ਨੋਟ ਬੈਂਕਾਂ ਚ ਵਾਪਸ ਆਇਆ ਆਰਬੀਆਈ ਨੇ ਲੋਕਾਂ ਨੂੰ ਦਿੱਤੀ ਸਲਾਹ ਵੀ ਬਾਕੀ ਵੀ ਭੇਜ ਦਿਓ ਨਹੀਂ ਤਾਂ ਬੰਦ ਹੋ ਜਾਣਗੇ ਆਖਰੀ ਤਰੀਕ ਤੱਕ ਫਾਈਲ ਨਹੀਂ ਕਰ ਸਕੇ ਇਨਕਮ ਟੈਕਸ ਰਿਟਰਨ ਨੋਟਿਸ ਤੋਂ ਬਚਣ ਦੇ ਲਈ ਤੁਹਾਡੇ ਕੋਲੇ ਹੈ ਵੱਡਾ ਅਪਡੇਟ ਨਹੀਂ ਤਾਂ ਲੱਗੇਗਾ ਮੋਟਾ ਜੁਰਮਾਨਾ ਵਿਧ ਵਿਆਜ ਧੰਨਵਾਦ